ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਚੋਣਵੀਆਂ ਖਬਰਾਂ। ਅਮਿਤ ਸ਼ਾਹ ਨੇ ਆਖਿਆ ਸਰਜੀਕਲ ਸਟਰਾਈਕ ਫੌਜ ਨਹੀਂ ਸਰਕਾਰ ਦਾ ਫੈਸਲਾ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬੀਜੇਪੀ ਦਾ ਹੱਥ ਫੜਿਆ। ਮੈਂਬਰ ਪਾਰਲੀਮੈਂਟ ਪੁਰਾਣੇ ਆਉਣ ਜਾਂ ਨਵੇਂ, ਪਾਰਲੀਮੈਂਟ ਚਮਕਦੀ ਮਿਲੇਗੀ। ਫਰੀਦਕੋਟ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਵੱਲੋਂ ਸਜ਼ਾ ਤੇ ਮੁਆਵਜ਼ੇ ਰਾਸ਼ੀ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ਵਿੱਚ ਪਹੁੰਚ। ਗੁਜਰਾਤ ਦੇ ਪੀੜਿਤ ਕਿਸਾਨਾਂ ਦੇ ਹੱਕ ਵਿੱਚ ਨਿਤਰਿਆ ਸਰਬ ਹਿੰਦ ਫੌਜੀ ਭਾਈਚਾਰਾ। ਸੁਖਬੀਰ ਤੇ ਹਰਸਿਮਰਤ ਦੇ ਚੋਣ ਹਲਕਿਆਂ ਵਿੱਚ ਰੋਸ ਪ੍ਰਗਟਾਉਣਗੇ। ਮੁਆਵਜ਼ਾ ਮੰਗਦੇ ਕਿਸਾਨਾਂ ਨੇ ਰੋਕਿਆ ਲਾਂਘੇ ਦਾ ਕੰਮ, ਆਖਿਆ ਸਮਝੌਤਾ ਕਰਨ ਵਾਲੇ ਪੈਸੇ ਵਿੱਚ ਕਟੌਤੀ ਬਾਰੇ ਨਹੀਂ ਸੀ ਕੀਤੀ ਗੱਲ। ਸਿਟੀ ਸੈਂਟਰ ਮਾਮਲੇ ਦੀ ਸੁਣਵਾਈ 21 ਤੱਕ ਮੁਲਤਵੀ। ਹੁਣ ਖਬਰਾਂ ਦੀ ਵਿਸਥਾਰ। ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਆਪਣੀ ਨੂੰਹ ਨੂੰ ਜਿਤਾਉਣ ਲਈ ਵੱਡੇ ਬਾਦਲ ਨੇ ਅਫਸੋਸ ਪ੍ਰਗਟਾਓ ਮੁਹਿੰਮ ਸ਼ੁਰੂ ਕੀਤੀ ਹੈ ਲੋਕ ਸਭਾ ਸੀਟ ਤੋਂ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਉਹਨਾਂ ਦੇ ਸਹੁਰੇ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਮੁਹਿੰਮ ਤਹਿਤ ਘਰ ਘਰ ਪਹੁੰਚ ਕਰ ਰਹੇ ਨੇ। ਤਿੱਖੀ ਧੁੱਪ ਹੇਠਾਂ 92 ਸਾਲਾ ਬਾਦਲ ਬਠਿੰਡਾ ਹਲਕੇ ਦੇ 40 ਪਿੰਡਾਂ ਦੇ 400 ਤੋਂ ਵੱਧ ਉਹਨਾਂ ਘਰਾਂ ਵਿੱਚ ਜਾ ਚੁੱਕੇ ਹੈ ਜਿੱਥੇ ਹਾਲ ਵਿੱਚ ਕਿਸੇ ਪਰਿਵਾਰਕ ਮੈਂਬਰ ਦੀ ਜਾਨ ਚਲੀ ਗਈ ਸੀ। ਹਰਸਿਮਰਤ ਬਾਦਲ ਦੇ ਕਵਰਿੰਗ ਕੈਂਡੀਡੇਟ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਮਾਰਚ ਮਹੀਨੇ ਤੋਂ ਲੋਕ ਸੰਪਰਕ ਵਧਾ ਦਿੱਤਾ ਸੀ। ਦੁੱਖ ਦੀ ਘੜੀ ਵਿੱਚ ਉਹ ਲੋਕਾਂ ਨਾਲ ਅਫਸੋਸ ਦਾ ਪ੍ਰਗਟਾਵਾ ਕਰਕੇ ਹਮਦਰਦੀ ਦੇ ਨਾਲ ਨਾਲ ਵੋਟ ਵੀ ਪੱਕੀ ਕਰ ਰਹੇ ਨੇ। ਅਜਿਹਾ ਇਸ ਲਈ ਕਿਉਂਕਿ ਬਾਦਲ ਪਿਛਲੇ 1 ਸਾਲ ਦੌਰਾਨ ਹੋਈਆਂ ਮੌਤਾਂ ਦਾ ਅਫਸੋਸ ਵੀ ਇਸ ਚੋਣ ਦੇ ਮਾਹੌਲ ਦੌਰਾਨ ਪ੍ਰਗਟਾ ਰਹੇ ਨੇ। ਹਾਲਾਂਕਿ ਅਫਸੋਸ ਪ੍ਰਗਟ ਕਰਨ ਸਮੇਂ ਕੋਈ ਵੀ ਸਿਆਸੀ ਗੱਲ ਨਹੀਂ ਹੁੰਦੀ, ਪਰ ਹਮਦਰਦੀ ਵੱਡਾ ਅਸਰ ਪਾਉਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਆਪਣੇ ਲੰਬੀ ਹਲਕੇ ਤੋਂ ਪੂਰੇ ਬਠਿੰਡੇ ਲੋਕ ਸਭਾ ਹਲਕੇ ਵਿੱਚ ਵਿਚਰ ਰਹੇ ਨੇ। ਅਕਾਲੀ ਦਲ ਦੇ ਨੇਤਾ ਬਾਦਲ ਨੂੰ ਉਹਨਾਂ ਦੇ ਆਉਣ ਤੋਂ ਕਈ ਦਿਨ ਪਹਿਲਾਂ ਮੌਤ ਦੀ ਸੂਚੀ ਸੌਂਪ ਦਿੰਦੇ ਹੈ। ਇਸ ਮਗਰੋਂ ਬਾਦਲ ਦਾ ਸਮਾਂ ਸਾਰਣੀ ਤਿਆਰ ਹੁੰਦਾ ਹੈ ਜੋ ਬਾਦਲ ਦੀ ਸੁਰੱਖਿਆ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾ ਸਕਣ। ਉਹਨਾਂ ਦੇ ਕਾਫਲੇ ਵਿੱਚ 14-15 ਗੱਡੀਆਂ, ਥਾਣੇਦਾਰ ਤੋਂ ਲੈ ਕੇ ਸਿਪਾਹੀ ਤੇ ਕੇਂਦਰੀ ਸੁਰੱਖਿਆ ਸਮੇਤ ਤਕਰੀਬਨ 60 ਕਰਮਚਾਰੀ ਮੌਜੂਦ ਰਹਿੰਦੇ ਹੈ। ਬਾਦਲ ਹਰ ਘਰ 10-15 ਮਿੰਟ ਰੁਕਦੇ ਹੈ, ਫਿਰ ਅਗਲੇ ਘਰ ਵੱਲ ਚਾਲੇ ਪਾਉਂਦੇ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਹਨਾਂ ਆਪਣੇ ਅੰਦਾਜ਼ ਵਿੱਚ ਆਖਿਆ ਕਿ ਤੁਸੀਂ ਲੋਕਾਂ ਨੇ ਹੀਰੋ ਨੰਬਰ 1, ਕੁਲੀ ਨੰਬਰ 1, ਬੀਵੀ ਨੰਬਰ 1 ਫਿਲਮਾਂ ਦੇਖੀਆਂ ਹੋਣਗੀਆਂ, ਲੇਕਿਨ ਹੁਣ ਫੈਂਕੂ ਨੰਬਰ 1 ਵੀ ਦੇਖਣਾ। ਸਿੱਧੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜੰਮ ਕੇ ਸ਼ਲਾਘਾ ਕੀਤੀ। ਉਹਨਾਂ ਆਖਿਆ ਕਿ ਜਿਸ ਤਰ੍ਹਾਂ ਨਾਲ ਸੂਰਜ ਨੂੰ ਫੂਕ ਮਾਰ ਕੇ ਬੁਝਾਇਆ ਨਹੀਂ ਜਾ ਸਕਦਾ, ਉਸ ਤਰ੍ਹਾਂ ਰਾਹੁਲ ਗਾਂਧੀ ਦੀ ਤਾਕਤ ਨੂੰ ਵੀ ਹਿਲਾਇਆ ਨਹੀਂ ਜਾ ਸਕਦਾ। ਸਿੱਧੂ ਨੇ ਆਖਿਆ ਕਿ ਉਹ ਇਸ ਲਈ ਬੀਜੇਪੀ ਦੇ ਖਿਲਾਫ਼ ਬੋਲਦੇ ਆ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਇਹ ਨਾ ਕਵੇ ਕਿ ਜਦੋਂ ਦੇਸ਼ ਬਰਬਾਦ ਹੋ ਰਿਹਾ ਸੀ ਤਾਂ ਸਿੱਧੂ ਤਮਾਸ਼ਾ ਦੇਖ ਰਿਹਾ ਸੀ। ਚੋਣਾਂ ਵਿੱਚ ਨਸ਼ਿਆਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪੰਜਾਬ ਨੇ ਆਪਣੀ ਝੰਡੀ ਬਰਕਰਾਰ ਰੱਖੀ। ਦੇਸ਼ ਦੇ ਛੋਟੇ ਸੂਬਿਆਂ ਵਿੱਚ ਗਿਣੇ ਜਾਂਦੇ ਪੰਜਾਬੀ ਇਸ ਮਾਮਲੇ ਵਿੱਚ ਭੂਗੋਲਿਕ ਤੇ ਸਿਆਸੀ ਪਲ ਪੱਖੋਂ ਦੇਸ਼ ਦੇ ਵੱਡੇ ਸੂਬਿਆਂ ਨੂੰ ਮਾਤ ਪਾ ਰਹੇ ਨੇ। ਵੋਟਾਂ ਪੈਣ ਦਾ ਕੰਮ 19 ਮਈ ਨੂੰ ਹੋਣਾ ਤੇ ਚੋਣਾਂ ਨਜ਼ਦੀਕ ਆਉਂਦਿਆਂ ਨਸ਼ਿਆਂ ਦੀ ਖਪਤ ਹੋਰ ਵਧਣੀ ਹੈ। ਨਸ਼ਿਆਂ ਦੀ ਬਰਾਮਦਗੀ ਵਿੱਚ ਪ੍ਰਧਾਨ ਮੰਤਰੀ ਦਾ ਸੂਬਾ ਗੁਜਰਾਤ ਪਹਿਲੇ ਸਥਾਨ ਤੇ ਹੈ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੂਜੇ ਸਥਾਨ ਤੇ ਹੈ। ਗੁਜਰਾਤ ਵਿੱਚ 524 ਕਰੋੜ ਰੁਪਏ ਦੇ ਨਸ਼ੇ ਤੇ 11.5 ਕਰੋੜ ਦੀ ਨਜਾਇਜ਼ ਸ਼ਰਾਬ ਫੜੀ ਹੈ। ਚੋਣ ਜ਼ਾਬਤੇ ਦੌਰਾਨ ਪੁਲਿਸ ਅਤੇ ਵੱਖ ਵੱਖ ਟੀਮਾਂ ਵੱਲੋਂ ਪੰਜਾਬ ਭਰ ਵਿੱਚੋਂ 26.5 ਕਰੋੜ ਦੀ ਨਕਦੀ ਵੀ ਬਰਾਮਦ ਕੀਤੀ। ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਜ਼ਿਆਦਾ ਨਕਦੀ ਚੁੱਕਣ ਉੱਪਰ ਰੋਕ ਲੱਗੀ। ਅਧਿਕਾਰੀ ਜ਼ਿਆਦਾਤਰ ਨਕਦੀ ਤੇ ਨਸ਼ਿਆਂ ਦੇ ਨਾਲ ਵੀ ਬਰਾਮਦ ਹੋਈ ਹੈ, ਜਿਨ੍ਹਾਂ ਨੂੰ ਡਰੱਗ ਮਨੀ ਦੇ ਰੂਪ ਵਿੱਚ ਫੜਿਆ ਗਿਆ। ਇਸ ਤੋਂ ਇਲਾਵਾ 22 ਕਰੋੜ ਦੇ ਕਰੀਬ ਸੋਨੇ ਤੇ ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਨੇ। ਦੇਸ਼ ਭਰ ਵਿੱਚ 793 ਕਰੋੜ ਦੀ ਨਕਦੀ, 285 ਕਰੋੜ ਦੀ ਸ਼ਰਾਬ ਅਤੇ 1222 ਕਰੋੜ ਦੀ ਕੀਮਤ ਦੇ ਬਰਾਬਰ ਦੂਜੇ ਨਸ਼ੇ ਫੜੇ ਗਏ ਨੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਗੁਜਰਾਤ ਵਿੱਚ ਕਈ ਦਹਾਕਿਆਂ ਤੋਂ ਵਸੇ ਪੰਜਾਬੀ ਕਿਸਾਨਾਂ ਦੇ ਉਜਾੜੇ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰਨ ਲਈ ਸਰਬ ਹਿੰਦ ਫੌਜੀ ਭਾਈਚਾਰਾ ਪੰਜਾਬ ਜਥੇਬੰਦੀ ਵੱਲੋਂ ਲੋਕ ਸਭਾ ਚੋਣਾਂ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਵਿਰੁੱਧ ਬਠਿੰਡਾ ਤੇ ਫਿਰੋਜ਼ਪੁਰ ਵਿੱਚ ਪੀੜਤ ਕਿਸਾਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਦੀ ਮੁਹਿੰਮ ਛੇੜੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਭਾਜਪਾ ਨਾਲ ਸਿਆਸੀ ਸਾਂਝ ਹੈ, ਪਰ ਗੁਜਰਾਤ ਦੇ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਅਸਫਲ ਰਹੀ। ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋ ਨੇ ਆਖਿਆ ਕਿ 1962 ਦੀ ਭਾਰਤ ਪਾਕਿਸਤਾਨ ਜੰਗ ਸਮੇਂ ਦੇਸ਼ ਵਿੱਚ ਫੈਲੀ ਭੁੱਖਮਰੀ ਨੂੰ ਰੋਕਣ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਪੰਜਾਬੀ ਕਿਸਾਨਾਂ ਕੋਲੋਂ ਜੰਗਲੀ ਅਤੇ ਪਥਰੀਲੇ ਇਲਾਕਿਆਂ ਨੂੰ ਆਬਾਦ ਕਰਵਾਇਆ ਸੀ। ਇਸ ਚੁਣੌਤੀ ਨੂੰ ਪੰਜਾਬੀ ਕਿਸਾਨਾਂ ਨੇ ਪ੍ਰਵਾਨ ਕੀਤਾ ਅਤੇ ਸਖ਼ਤ ਮਿਹਨਤ ਨਾਲ ਜ਼ਮੀਨਾਂ ਹਰੀਆਂ ਭਰੀਆਂ ਕੀਤੀਆਂ, ਪਰ ਅੱਜ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਕਮਾਂ 'ਤੇ ਉਜੜ ਰਹੇ ਨੇ। ਉਹਨਾਂ ਆਖਿਆ ਕਿ ਫੌਜ ਦੀ ਨੌਕਰੀ ਦੌਰਾਨ ਉਹਨਾਂ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ ਸੀ, ਹੁਣ ਪੰਜਾਬੀ ਕਿਸਾਨਾਂ ਨੂੰ ਸੁਪਰੀਮ ਕੋਰਟ ਵਿੱਚ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਇੱਕ ਰੰਗ ਇਹ ਵੀ ਕਿ ਦੱਸਿਓ ਬਾਬਿਓ ਕਿਸ ਤਰ੍ਹਾਂ ਕਰੋਗੇ ਜੁੱਲੀ ਬਿਸਤਰਾ ਗੋਲ। ਚਰਨਜੀਤ ਭੁੱਲਰ ਕਹਿੰਦਾ ਕਿ ਨਾ ਤਾਂ ਫਿਲਮ ਦਾ ਨਾਂ ਹੈ ਅਤੇ ਨਾ ਕੋਈ ਡਾਇਲਾਗ ਹੈ, ਤਾਂ ਕਾਂਗਰਸੀ MLA ਦਵਿੰਦਰ ਘੁਬਾਇਆ ਦਾ ਤਕੀਆ ਕਲਾਮ ਹੈ ਜੁੱਲੀ ਬਿਸਤਰਾ, ਜੋ ਹੁਣ ਫਿਰੋਜ਼ਪੁਰ ਹਲਕੇ 'ਚ ਗੂੰਜ ਰਿਹਾ। ਫਿਰੋਜ਼ਪੁਰ ਤੋਂ ਟਿਕਟ ਸੁਖਬੀਰ ਬਾਦਲ ਨੂੰ ਜਿਉਂ ਹੀ ਲਾਨੀ, ਦਵਿੰਦਰ ਨੇ ਬਿੰਦ ਨਾ ਲਾਇਆ ਆਖਣ ਨੂੰ ਸੁਖਬੀਰ ਦਾ ਇੱਥੋਂ ਜੁੱਲੀ ਬਿਸਤਰਾ ਚੁਕਾਵਾਂਗੇ। ਉੱਧਰ ਸੁਖਬੀਰ ਸੀ ਕਿਹੜਾ ਕੱਟ, ਫਿਰੋਜ਼ਪੁਰ ਨਾਲੇ ਕਾਗਜ਼ ਦਾਖਲ ਕਰਨ ਆਇਆ, ਨਾਲੇ ਆਖ ਗਿਆ ਘੁਬਾਇਆ ਦਾ ਐਤਕੀ ਕਰਾਂਗੇ ਜੁੱਲੀ ਬਿਸਤਰਾ ਗੋਲ। ਉਸ ਮਹਿਲਾ ਥਾਣੇਦਾਰ ਦੇ ਮੁੜ ਜ਼ਖਮ ਹਰੇ ਕਰ ਦਿੱਤੇ ਜਿਸ ਨੂੰ ਦਵਿੰਦਰ ਘਬਾਇਆ ਨੇ ਫੋਨ 'ਤੇ ਕਿਹਾ ਸੀ ਸਾਡੇ ਕੰਮ ਨਹੀਂ ਕਰਨੇ ਤਾਂ ਬੰਨ ਲੈ ਆਪਣਾ ਜੁੱਲੀ ਬਿਸਤਰਾ। ਦੇਖਣਾ ਇਹ ਹੈ ਕਿ 23 ਮਈ ਨੂੰ ਕਿਸ ਨੂੰ ਜੁੱਲੀ ਬਿਸਤਰਾ ਬੰਨਣ ਦੇ ਹੁਕਮ ਆਉਂਦੇ ਹੈ। ਅਰੂਸਾ ਤਾਂ ਜਿੱਤ ਗਈ, ਸੰਗਰੂਰ ਹਲਕੇ 'ਚ ਅਰੂਸਾ ਛਾ ਗਈ, ਭਗਵੰਤ ਮਾਨ ਨੇ ਪੁਰਾਣੀ ਪੜਾਸ ਕੱਢ ਲਈ। ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਅਤੇ ਅਰੂਸਾ ਵਾਲੀ ਫੋਟੋ ਪਾ ਦਿੱਤੀ ਹੈ। ਢਿੱਲੋਂ ਸਾਹਿਬ ਦੇ ਹੱਥ 'ਚ ਗਲਾਸ ਹੈ, ਢਿੱਲੋਂ ਕਹਿੰਦੇ ਹੈ ਛੇੜਛਾੜ ਕਰਕੇ ਫੋਟੋ ਕਿਹੜਾ ਨਹੀਂ ਬਣਦੀ। ਭਗਵੰਤ ਮਾਨ ਕਹਿੰਦਾ ਜਦੋਂ ਉਹ ਗਲਾਸ ਚੁੱਕਣ ਤਾਂ ਸ਼ਰਾਬੀ, ਜਦੋਂ ਤੁਸੀਂ ਚੁੱਕੋ ਤਾਂ ਸਭ ਕੁਛ ਚੱਲਦਾ। ਤਸਵੀਰ ਚੋਣਾਂ 'ਚ ਚਰਚਾ 'ਚ ਹੈ, ਫਰੀਦਕੋਟ 'ਚ ਰਣਜੀਤ ਕੌਰ ਨੇ ਫਰਮਾਇਸ਼ 'ਚ ਕਿਤੇ ਦੋ ਲਾਈਨਾਂ ਗਾਈਆਂ, ਗੀਤ ਦੇ ਬੋਲ ਸਨ, ਤਸਵੀਰਾਂ ਬੋਲਦੀਆਂ। ਜਦੋਂ ਚੋਣਾਂ ਦਾ ਮੇਲਾ ਜੁੜਦਾ ਲੋਕ ਵੀ ਬੋਲਦੇ ਹੈ। ਭਗਵੰਤ ਮਾਨ ਚੋਣ ਪ੍ਰਚਾਰ 'ਚ ਹੁਣ ਅਰੂਸਾ ਦੀ ਚਰਚਾ ਕਰਨ ਲੱਗੇ ਹੈ, ਕੋਈ ਜਿੱਤੇ ਅਤੇ ਕੋਈ ਹਾਰੇ, ਅਰੂਸਾ ਤਾਂ ਜਿੱਤ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਮਜ਼ਦਗੀਆਂ ਦੀ ਪੜਚੋਲ ਤੋਂ ਬਾਅਦ ਪਹਿਲੀ ਰੈਲੀ ਜਲੰਧਰ ਵਿੱਚ ਕਰਕੇ ਕਾਂਗਰਸ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਚੋਣ ਮੁਹਿੰਮ ਭਖਾ ਰਹੇ ਹੈ। ਉੱਧਰ ਕਾਂਗਰਸ ਲੀਡਰਸ਼ਿਪ ਗੁਰਦਾਸਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਫਿਲਮ ਕਲਾਕਾਰ ਸਨੀ ਦਿਓਲ ਨੂੰ ਮਿਲਣ ਵਾਲੇ ਹੁੰਗਾਰੇ ਨੂੰ ਦੇਖਦਿਆਂ ਰਣਨੀਤੀ 'ਚ ਫੇਰ ਬਦਲ ਕਰ ਰਹੀ ਹੈ। ਇਸ ਦੇ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ 'ਚ 3 ਚੋਣ ਰੈਲੀਆਂ ਨੂੰ ਸੰਬੋਧਨ ਕਰਨ ਆ ਰਹੇ ਨੇ। 2 ਰੈਲੀਆਂ ਲਈ ਥਾਵਾਂ ਦਾ ਫੈਸਲਾ ਹੋ ਗਿਆ, ਜਿਸ 'ਚੋਂ ਇੱਕ ਬਠਿੰਡਾ, ਦੂਜੀ ਰੈਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਹਲਕੇ ਗੁਰਦਾਸਪੁਰ 'ਚ ਕੀਤੀ ਜਾਣੀ ਹੈ। ਦੁਆਬਾ 'ਚ ਕੀਤੀ ਜਾਣ ਵਾਲੀ ਤੀਜੀ ਰੈਲੀ ਲਈ ਥਾਂ ਦਾ ਅਜੇ ਤੱਕ ਫੈਸਲਾ ਨਹੀਂ ਹੋਇਆ। ਪਤਾ ਲੱਗਾ ਕਾਂਗਰਸ ਕਮੇਟੀ ਦੇ 1-2 ਦਿਨਾਂ 'ਚ ਰੈਲੀਆਂ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਜਾਵੇਗਾ। ਔਰ ਕਿਸੇ ਨੇ ਆਖਿਆ ਕਿ ਚੋਰਾਂ ਨੂੰ ਮੋਰ ਪੈ ਗਏ, ਜਿਸ ਮਹਾਤਮਾ ਦੀ ਜੇਬ ਕੱਟੀ ਗਈ ਉਹ ਤੜਫਿਆ, ਆਖਣ ਲੱਗਾ ਵੱਡਿਆਂ ਦੀ ਕੱਟੋ, ਸਾਡੇ ਖੀਸੇ ਤਾਂ ਭਾਣ ਜੋਗੇ ਰਹਿ ਗਏ ਨੇ। ਚੋਣ ਮੇਲੇ 'ਚ ਜੇਬ ਕਤਰੇ ਮੌਜਾਂ ਲੁੱਟ ਰਹੇ ਹੈ। ਡਾਕਟਰ ਨਵਜੋਤ ਕੌਰ ਸਿੱਧੂ ਦੀ ਬਰੇਟਾ ਰੈਲੀ 'ਚ ਦਰਜਨਾਂ ਖੀਸੇ ਕੱਟੇ ਗਏ। ਪਹਿਲਾਂ ਕੋਦਾ 'ਚ ਮਜੀਠੀਆ ਦੀ ਰੈਲੀ 'ਚ ਕਈ ਅਕਾਲੀ ਜੇਬਾਂ ਕਟਾ ਕੇ ਘਰਾਂ ਨੂੰ ਪਰਤੇ, ਮੂੰਹ ਮਸੋਸੇ ਲੈ ਕੇ। ਕਾਂਗਰਸ ਦੇ ਰੋਡ ਸ਼ੋਅ 'ਚ 2 ਕਾਂਗਰਸੀ ਵੀ ਜੇਬਾਂ ਕਟਾ ਕੇ ਬਠਿੰਡੇ ਤੋਂ ਘਰੇ ਮੁੜੇ। ਆਉਂਦੇ ਦਿਨਾਂ 'ਚ ਰੋਡ ਸ਼ੋਅ ਹੋਣੇ ਹੈ, ਹੱਥ ਜੋੜ ਅਰਜੋਈ ਹੈ, ਜੁਝਾਰੂ ਵਰਕਰੋ ਜਮ ਜਮ ਆਇਓ, ਪਰ ਖੀਸਿਆਂ ਉੱਤੇ ਰੱਸੀ ਬੰਨ੍ਹ ਕੇ ਲਿਆਇਓ।
ਪੰਜਾਬ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਪੰਜਾਬ ਦੇ ਅਸਲਾ ਧਾਰਕਾਂ ਨੇ 96% ਹਥਿਆਰ ਜਮ੍ਹਾਂ ਕਰਵਾਏ ਨੇ। ਸਰਕਾਰੀ ਅੰਕੜੇ ਦੱਸਦੇ ਹੈ ਪੰਜਾਬ 'ਚ ਪੂਰੇ 'ਚ 3,24,681 ਲਾਇਸੈਂਸ ਹਨ। ਇੱਕ ਲਾਇਸੈਂਸ ਰਾਹੀਂ 3 ਹਥਿਆਰ ਖਰੀਦੇ ਰੱਖੇ ਜਾ ਸਕਦੇ ਨੇ, ਜਿਸ ਅਨੁਸਾਰ ਪੰਜਾਬ 'ਚ 3,75,294 ਹਥਿਆਰ ਹਨ। ਇਹਨਾਂ 'ਚੋਂ 3,60,960 ਹਥਿਆਰ ਥਾਣਿਆਂ ਜਾਂ ਗਨ ਹਾਊਸਾਂ 'ਚ ਜਮ੍ਹਾਂ ਕਰਵਾਏ ਗਏ। ਚੋਣ ਕਮਿਸ਼ਨ ਵੱਲੋਂ ਜਾਰੀ ਜਾਣਕਾਰੀ ਮੁਤਾਬਕ 14,387 ਹਥਿਆਰ ਹੀ ਜਮ੍ਹਾਂ ਹੋਣੋਂ ਵਾਂਝੇ ਰਹੇ। ਪੰਜਾਬ ਦੇ ਸਮੂਹ 27 ਜ਼ਿਲ੍ਹਿਆਂ 'ਚ 5 ਵਿੱਚ 99%, 4 'ਚ 98%, 6 'ਚ 97%, 4 'ਚ 96%, 3 ਜ਼ਿਲ੍ਹਿਆਂ 'ਚ 95% ਹਥਿਆਰ ਜਮ੍ਹਾਂ ਹੋਣ ਦੀਆਂ ਖ਼ਬਰਾਂ ਨੇ। ਭਾਵੇਂ ਹੁਣ ਤੱਕ 3 ਗੇੜਾਂ ਦੀਆਂ ਲੋਕ ਸਭਾ ਚੋਣਾਂ ਹੋਣੀਆਂ, ਲੇਕਿਨ ਨਵੇਂ ਮੈਂਬਰ ਪਾਰਲੀਮੈਂਟਾਂ ਲਈ ਪਾਰਲੀਮੈਂਟ ਵਿੱਚ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਵੇਂ ਚੁਣੇ ਜਾਣ ਵਾਲੇ ਮੈਂਬਰ ਪਾਰਲੀਮੈਂਟਾਂ ਨੂੰ ਨਾ ਕੇਵਲ ਨਵੀਂ ਜਾਣਕਾਰੀ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ, ਬਲਕਿ ਪਾਰਲੀਮੈਂਟ ਹਾਊਸ ਨੂੰ ਵੀ ਚਮਕਾਇਆ ਜਾ ਰਿਹਾ ਹੈ। ਵਰਖਾ ਦੀ ਵਜ੍ਹਾ ਨਾਲ ਕਾਲੀ ਪਈ ਮੇਨ ਬਿਲਡਿੰਗ ਦੀਆਂ ਪੁਰਾਣੀਆਂ ਦੀਵਾਰਾਂ ਨੂੰ ਧੋ ਕੇ ਸਾਫ਼ ਕੀਤਾ ਜਾ ਰਿਹਾ ਹੈ। ਸੈਂਟਰਲ ਹਾਲ ਵਿੱਚ ਲਗਭਗ 100 ਸਾਲ ਪੁਰਾਣੇ ਇਤਿਹਾਸਕ ਫਰਨੀਚਰ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਇਹ ਫਰਨੀਚਰ ਇਤਿਹਾਸਕ ਹੈ, ਇਸ ਲਈ ਇਸ ਨੂੰ ਬਦਲਣ ਦੀ ਜਗ੍ਹਾ ਨਵੇਂ ਸਿਰੇ ਤੋਂ ਇਸ ਦੀ ਪਾਲਿਸ਼ ਕੀਤੀ ਜਾ ਰਹੀ ਹੈ। ਮੌਜੂਦਾ ਸਪੀਕਰ ਸੁਮਿਤਰਾ ਮਹਾਜਨ ਨੇ ਸ਼ੁੱਕਰਵਾਰ ਨੂੰ ਇਹਨਾਂ ਕੰਮਾਂ ਦਾ ਜਾਇਜ਼ਾ ਲਿਆ ਹੈ। ਪਾਰਲੀਮੈਂਟ ਸਕੱਤਰੇਤ ਦੇ ਅੰਦਾਜ਼ੇ ਮੁਤਾਬਕ ਇਸ ਵਾਰ ਲੋਕ ਸਭਾ ਵਿੱਚ 200 ਤੋਂ ਨਵੇਂ ਮੈਂਬਰ ਪਾਰਲੀਮੈਂਟ ਆ ਸਕਦੇ ਹੈ। ਇਹਨਾਂ ਮੈਂਬਰ ਪਾਰਲੀਮੈਂਟਾਂ ਨੂੰ ਦਿੱਲੀ ਆਉਂਦਿਆਂ ਰਿਹਾਇਸ਼ ਦੀ ਜ਼ਰੂਰਤ ਹੁੰਦੀ ਹੈ। ਆਮ ਤੌਰ 'ਤੇ ਵਾਰ ਵਾਰ ਚੋਣਾਂ ਤੋਂ ਬਾਅਦ ਮੈਂਬਰ ਪਾਰਲੀਮੈਂਟਾਂ ਨੂੰ ਹੋਟਲਾਂ ਵਿੱਚ ਠਹਿਰਾਇਆ ਜਾਂਦਾ ਹੈ, ਉਸ 'ਤੇ ਸਰਕਾਰ ਦੇ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ। ਲੇਕਿਨ ਇਸ ਵਾਰ ਤੈਅ ਕੀਤਾ ਗਿਆ ਹੈ ਕਿ 100 ਨਵੇਂ ਮੈਂਬਰ ਪਾਰਲੀਮੈਂਟਾਂ ਨੂੰ ਵੈਸਟਰਨ ਕੋਰਟ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ, ਜਿੱਥੇ 100 ਕਮਰੇ ਤਿਆਰ ਕੀਤੇ ਨੇ। ਹੋਰ 100 ਕਮਰਿਆਂ ਲਈ ਸਾਰੇ ਸੂਬਿਆਂ ਦੇ ਦਿੱਲੀ ਸਥਿਤ ਭਵਨ ਅਤੇ ਸਦਨਾਂ ਵਿੱਚ ਰਹਿਣ ਦੀ ਵਿਵਸਥਾ ਕੀਤੀ ਜਾਏਗੀ। ਭਾਰਤੀ ਫੌਜ ਦੇ ਸਿਹਰੇ ਦਾ ਚੋਣ ਇਸਤੇਮਾਲ ਕੀਤੇ ਜਾਣ ਦਾ ਦੋਸ਼ 'ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਆਖਿਆ ਕਿ ਇਹ ਦੋਸ਼ ਗਲਤ ਹੈ, ਲੇਕਿਨ ਉਹਨਾਂ ਸਵਾਲੀਆ ਅੰਦਾਜ਼ ਵਿੱਚ ਆਖਿਆ ਕਿ ਕੀ ਸਰਜੀਕਲ ਸਟ੍ਰਾਈਕ ਜਾਂ ਏਅਰ ਸਟ੍ਰਾਈਕ ਦਾ ਫੈਸਲਾ ਖੁਦ ਫੌਜ ਲੈ ਸਕਦੀ ਹੈ। ਉਹਨਾਂ ਆਖਿਆ ਕਿ ਇਹ ਫੈਸਲਾ ਸਰਕਾਰ ਲੈਂਦੀ ਹੈ ਅਤੇ ਇਹ ਫੈਸਲਾ ਰਾਜਨੀਤਿਕ ਲੀਡਰਸ਼ਿਪ ਦਾ ਹੈ। ਅਮਿਤ ਸ਼ਾਹ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਹਮਲੇ ਹੋਏ, ਤਦ ਕਿਉਂ ਨਹੀਂ ਇਸ ਤਰ੍ਹਾਂ ਦੀ ਸਟ੍ਰਾਈਕ ਕੀਤੀ ਗਈ। ਉਹਨਾਂ ਆਖਿਆ ਕਿ ਸੱਚ ਤਾਂ ਇਹ ਹੈ ਕਿ ਪਹਿਲਾਂ ਰਾਜਨੀਤਿਕ ਇੱਛਾ ਸ਼ਕਤੀ ਵਾਲੀ ਸਰਕਾਰ ਨਹੀਂ ਸੀ। ਦਿੱਲੀ ਵਿੱਚ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਐਨ ਪਹਿਲਾਂ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਗਾਂਧੀ ਨਗਰ ਤੋਂ ਵਿਧਾਇਕ ਅਨਿਲ ਬਾਜਪਾਈ ਨੇ ਬੀਜੇਪੀ ਵਿੱਚ ਸ਼ਮੂਲੀਅਤ ਕਰ ਲਈ। ਬਾਜਪਾਈ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਈਸਟ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ 'ਤੇ ਕਈ ਦੋਸ਼ ਲਾਏ। ਉਹਨਾਂ ਕਈ ਹੋਰ ਵਿਧਾਇਕਾਂ ਦੇ ਬੀਜੇਪੀ ਵਿੱਚ ਸੰਪਰਕ ਹੋਣ ਦਾ ਦਾਅਵਾ ਕੀਤਾ। ਗੋਇਲ ਨੇ ਆਖਿਆ ਕਿ ਹਾਲ ਵਿੱਚ ਕੇਜਰੀਵਾਲ ਨੇ ਦੋਸ਼ ਲਾਇਆ ਸੀ ਕਿ ਬੀਜੇਪੀ ਉਹਨਾਂ ਦੇ 7 ਵਿਧਾਇਕਾਂ ਨੂੰ 10-10 ਕਰੋੜ ਵਿੱਚ ਖਰੀਦਣ ਜਾ ਰਹੀ ਹੈ। ਉਹਨਾਂ ਆਖਿਆ ਕਿ ਲੇਕਿਨ ਉਹਨਾਂ ਦੇ 7 ਨਹੀਂ 14 ਵਿਧਾਇਕ ਸਾਡੇ ਸੰਪਰਕ ਵਿੱਚ ਨੇ। ਉਹਨਾਂ ਆਖਿਆ ਕਿ ਇਹ ਸਾਰੇ ਕੇਜਰੀਵਾਲ ਦੀ ਤਾਨਾਸ਼ਾਹੀ ਤੋਂ ਤੰਗ ਨੇ। ਬਾਕਸਰ ਵਜਿੰਦਰ ਕੁਮਾਰ ਨੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਜ਼ਬਾਨੀ ਪੰਚ ਮਾਰਨੇ ਵੀ ਸ਼ੁਰੂ ਕਰ ਦਿੱਤੇ। ਵਜਿੰਦਰ ਨੇ ਆਖਿਆ ਕਿ ਬਾਕਸਿੰਗ ਵਿੱਚ ਨਿਯਮ ਹੈ ਕਿ ਕਮਰ ਤੋਂ ਹੇਠਾਂ ਨਹੀਂ ਮਾਰ ਸਕਦੇ, ਇਸ ਲਈ ਤੁਸੀਂ ਰਿੰਗ ਵਿੱਚ ਹੋਣ ਤੋਂ ਬਾਅਦ ਵੀ ਐਸੇ ਹਮਲੇ ਦੇ ਬਾਰੇ ਵਿੱਚ ਨਹੀਂ ਸੋਚ ਸਕਦੇ। ਉਹਨਾਂ ਆਖਿਆ ਕਿ ਲੇਕਿਨ ਰਾਜਨੀਤੀ ਵਿੱਚ ਕਿਸ ਪਾਸਿਓਂ ਹਮਲਾ ਹੋਏਗਾ ਪਤਾ ਨਹੀਂ ਲੱਗਦਾ। ਰਾਜਨੀਤੀ ਬਾਕਸਿੰਗ ਦੇ ਰਿੰਗ ਤੋਂ ਵੀ ਜ਼ਿਆਦਾ ਖਤਰਨਾਕ ਦੱਸਦਿਆਂ ਉਹਨਾਂ ਇਹ ਮੰਨਿਆ ਕਿ ਰਾਜਨੀਤੀ ਦੇ ਬਾਰੇ ਵਿੱਚ ਲੋਕ ਡਰਟੀ ਸ਼ਬਦ ਜੋੜਦੇ ਆ, ਜੋ ਸੱਚ ਵੀ ਹੈ। ਲੇਕਿਨ ਉਹਨਾਂ ਦਾ ਕਹਿਣਾ ਕਿ ਚਾਹੇ ਪੋਲਿਟਿਕਸ ਜਿੰਨੀ ਵੀ ਡਰਟੀ ਹੋਵੇ, ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਤਦ ਬਦਲਾਅ ਹੋਏਗਾ। ਅੱਜ ਉੱਘੇ ਅਦਾਕਾਰ ਅਕਸ਼ੈ ਕੁਮਾਰ ਨੇ ਆਖਿਆ ਕਿ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਖਾ ਮਖਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸੱਚ ਹੈ ਕਿ ਉਹਨਾਂ ਕੋਲ ਕੈਨੇਡਾ ਦੀ ਨਾਗਰਿਕਤਾ ਹੈਗੀ ਹੈ, ਪਰ ਉਹ 7 ਸਾਲਾਂ ਤੋਂ ਕੈਨੇਡਾ ਨਹੀਂ ਗਏ ਨੇ। ਲਾਹੌਰ ਤੋਂ ਖਬਰਾਂ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਕੌਮਾਂਤਰੀ ਯੂਨੀਵਰਸਿਟੀ ਸਥਾਪਿਤ ਕਰਨ ਲਈ 70 ਏਕੜ ਜ਼ਮੀਨ ਅਲਾਟ ਕੀਤੀ ਹੈ। ਲੈਂਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ
ਆਖਿਆ ਕਿ ਵਿੱਤੀ ਸਾਲ 2019-20 ਦੇ ਬਜਟ 'ਚ ਲਾਹੌਰ ਤੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ 'ਚ ਬਾਬਾ ਗੁਰੂ ਨਾਨਕ ਦੇਵ ਕੌਮਾਂਤਰੀ ਯੂਨੀਵਰਸਿਟੀ BGNIU ਦੀ ਸਾਰੀ ਲਈ ਫੰਡ ਅਲਾਟ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਇਹ ਪ੍ਰੋਜੈਕਟ ਸੂਬੇ ਵਿੱਚ ਆਗਾਮੀ ਵਿਕਾਸ ਪ੍ਰੋਜੈਕਟ ਦਾ ਹਿੱਸਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਨਨਕਾਣਾ ਸਾਹਿਬ 'ਚ ਪੁਲਿਸ ਲਾਈਨ, ਜੇਲ੍ਹ ਅਤੇ ਕੌਮੀ ਰਜਿਸਟ੍ਰੇਸ਼ਨ ਡਾਟਾਬੇਸ ਅਥਾਰਟੀ ਵੀ ਸਥਾਪਿਤ ਕੀਤੀ ਜਾਵੇਗੀ। ਕਿਸਾਨਾਂ ਨੂੰ ਪੈਸੇ ਨਾ ਮਿਲਣ ਕਾਰਨ ਅੱਜ ਚੱਲ ਰਿਹਾ ਲਾਂਘੇ ਦਾ ਕੰਮ ਬੰਦ ਕਰ ਦਿੱਤੇ ਜਾਣ ਦੀਆਂ ਖਬਰਾਂ ਨੇ। ਉੜੀਸਾ 'ਚ ਚੱਕਰਵਰਤੀ ਫੈਨੀ ਤੂਫਾਨ ਦਾ ਕਹਿਰ ਜਾਰੀ ਹੈ। ਅੱਜ ਤੂਫਾਨ ਨੇ ਹਵਾਈ ਅੱਡੇ ਉੱਤੇ ਭੁਵਨੇਸ਼ਵਰ ਭਾਰੀ ਕਹਿਰ ਢਾਇਆ ਏ। ਉੜੀਸਾ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਬਰਸ ਰਿਹਾ ਹੈ। ਇਸ ਕਾਰਨ 3 ਮੌਤਾਂ ਹੋਈਆਂ, ਕੁਛ ਲੋਕ ਜ਼ਖਮੀ ਨੇ, 20 ਘਰ ਵੀ ਢੱਠ ਗਏ ਨੇ। 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪੁੱਜਦੇ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਇਸ ਦੇ ਮੱਦੇਨਜ਼ਰ ਵਿਸ਼ੇਸ਼ ਸਹਾਇਤਾ ਫੋਨ ਨੰਬਰ ਸੈਂਟਰ ਸਥਾਪਿਤ ਕੀਤੇ ਨੇ। ਉੜੀਸਾ ਦੇ ਪੁਰੀ ਜ਼ਿਲ੍ਹੇ 'ਚ ਸਮੁੰਦਰੀ ਤੱਟ ਨਾਲ ਫੇਨੀ ਤੂਫਾਨ ਟਕਰਾਇਆ ਤਾਂ ਹੋਰ ਵੀ ਕਹਿਰਵਾਨ ਹੋ ਗਿਆ। ਵਿਸ਼ਾਖਾਪਟਨਮ 'ਚ ਤੇਜ਼ ਹਨੇਰੀਆਂ ਅਤੇ ਮੀਂਹ ਨੇ ਲੋਕਾਂ ਦਾ ਨੱਕ ਵਿੱਚ ਦਮ ਕਰ ਦਿੱਤਾ ਹੈ। ਮਮਤਾ ਬੈਨਰਜੀ ਨੇ ਇਸੇ ਕਰਕੇ ਆਪਣੀਆਂ ਚੋਣ ਰੈਲੀਆਂ ਰੱਦ ਕਰ ਦਿੱਤੀਆਂ। ਹੁਣ ਤੂਫਾਨ ਉੱਤਰ ਅਤੇ ਉੱਤਰ ਪੂਰਬੀ ਦਿਸ਼ਾ ਵੱਲ ਵੱਧ ਰਿਹਾ ਏ। ਨਵੀਂ ਦਿੱਲੀ ਤੋਂ ਖਬਰ, ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸੰਬੰਧਿਤ 2 ਵੱਖ ਵੱਖ ਸ਼ਿਕਾਇਤਾਂ ਲਈ ਕਲੀਨ ਚਿੱਟਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜਸਥਾਨ ਦੇ ਬਾੜਮੇਰ 'ਚ ਚੋਣ ਰੈਲੀ ਦੌਰਾਨ ਦੀਵਾਲੀ ਲਈ ਪ੍ਰਮਾਣੂ ਬਟਨ ਬਾਬਤ ਕੀਤੀ ਟਿੱਪਣੀ ਲਈ, ਜਦਕਿ ਰਾਹੁਲ ਨੂੰ ਮੱਧ ਪ੍ਰਦੇਸ਼ 'ਚ ਕੀਤੀ ਚੋਣ ਤਕਰੀਰ 'ਚ ਭਾਜਪਾ ਦੇ ਆਪਣੇ ਹਮਰੁਤਬਾ ਅਮਿਤ ਸ਼ਾਹ ਨੂੰ ਕਤਲ ਦਾ ਦੋਸ਼ੀ ਦੱਸਣ ਬਦਲੇ ਕਲੀਨ ਚਿੱਟ ਦਿੱਤੀ ਹੈ। 9,000 ਕਰੋੜ ਰੁਪਏ ਦੇ ਲੋਨ ਫਰਾਡ ਮਾਮਲੇ ਵਿੱਚ ਭਗੌੜੇ ਵਿਜੇ ਮਾਲੀਆ ਅਤੇ 2000 ਸਾਲ ਵਿੱਚ ਮੈਚ ਫਿਕਸਿੰਗ ਮਾਮਲੇ ਵਿੱਚ ਮੁੱਖ ਦੋਸ਼ੀ ਸੱਟੇਬਾਜ਼ ਸੰਜੀਵ ਚਾਵਲਾ ਜਲਦ ਹੀ ਤਿਹਾੜ ਜੇਲ੍ਹ ਦੇ ਮਹਿਮਾਨ ਹੋਣਗੇ। ਦੋਨਾਂ ਦੇ ਆਤਮ ਸਮਰਪਣ ਤੋਂ ਪਹਿਲਾਂ ਇੰਗਲੈਂਡ ਦੀ ਅਦਾਲਤ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨਾਲ ਵੀਡੀਓ ਕਾਨਫਰੰਸ ਕਰਕੇ ਇੱਥੋਂ ਦੀ ਜੇਲ੍ਹਾਂ ਦੇ ਹਾਲਤ ਵਿੱਚ ਬਾਰੇ ਵਿੱਚ ਜਾਣਕਾਰੀ ਲਈ ਹੈ। 3 ਘੰਟੇ ਤੱਕ ਚੱਲੀ ਜੇਲ੍ਹ ਪ੍ਰਸ਼ਾਸਨ ਦੀ ਗੱਲਬਾਤ ਤੋਂ ਸੰਕੇਤ ਮਿਲਿਆ ਕਿ ਇਹਨਾਂ ਭਗੌੜਿਆਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਦਾ ਅੰਜਾਮ ਦਿੱਤਾ ਜਾ ਰਿਹਾ ਹੈ। ਤਿਹਾੜ ਜੇਲ੍ਹ ਦੇ ਭਰੋਸੇਮੰਦ ਸੂਤਰਾਂ ਦਾ ਕਹਿਣਾ ਕਿ ਤਿਹਾੜ ਜੇਲ੍ਹ ਤੋਂ ਇੰਗਲੈਂਡ ਵਿੱਚ ਹੋਈ ਵੀਡੀਓ ਕਾਨਫਰੰਸ ਤਿਹਾੜ ਜੇਲ੍ਹ ਹੈੱਡਕੁਆਰਟਰ ਤੋਂ ਕੀਤੀ ਗਈ। ਇੱਕ ਸੀਨੀਅਰ ਅਧਿਕਾਰੀ ਨੇ ਇੰਗਲੈਂਡ ਦੀਆਂ ਅਦਾਲਤਾਂ ਦੇ ਤਮਾਮ ਸ਼ੱਕ ਅਤੇ ਸਵਾਲਾਂ ਦੇ ਜਵਾਬ ਦਿੱਤੇ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇੱਕ ਤਰ੍ਹਾਂ ਨਾਲ ਇੱਥੇ ਕੈਦੀਆਂ ਨੂੰ ਰੱਖੇ ਜਾਂਦੀਆਂ ਸੁੱਖ ਸੁਵਿਧਾਵਾਂ ਬਾਰੇ ਵਿੱਚ ਵੀ ਇੰਗਲੈਂਡ ਦੀ ਅਦਾਲਤ ਨੂੰ ਇੱਕ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿੱਤੀ ਹੈ। ਸਾਲ 2012 ਵਿੱਚ ਫਰੀਦਕੋਟ ਵਿੱਚ ਵਾਪਰੇ ਬਹੁਤ ਚਰਚਿਤ ਅਗਵਾ ਕਾਂਡ ਮਾਮਲੇ ਦੇ ਮੁੱਖ ਮੁਲਜ਼ਮ ਨਿਸ਼ਾਂਤ ਸਿੰਘ ਨੇ ਆਪਣੀ ਉਮਰ ਕੈਦ ਦੀ ਸਜ਼ਾ ਵਿੱਚ ਪੀੜਤ ਪਰਿਵਾਰ ਨੂੰ 90 ਲੱਖ ਰੁਪਏ ਦੇ ਮੁਆਵਜ਼ਾ ਦੇਣ ਦੇ ਹੁਕਮ ਨੂੰ ਰੱਦ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਹੈ। ਸੁਪਰੀਮ ਕੋਰਟ ਨੇ ਨਿਸ਼ਾਂਤ ਸਿੰਘ ਦੀ ਵਿਸ਼ੇਸ਼ ਅਪੀਲ ਦੀ ਸੁਣਵਾਈ ਕਰਦਿਆਂ ਨਿਸ਼ਾਂਤ ਸਿੰਘ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਪਹਿਲਾਂ ਪੀੜਤ ਪਰਿਵਾਰ ਨੂੰ ਸੁਣਨ ਦਾ ਫੈਸਲਾ ਕੀਤਾ ਅਤੇ ਇਸ ਲਈ ਪੀੜਤ ਪਰਿਵਾਰ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਸੈਸ਼ਨ ਜੱਜ ਨੇ ਜੁਲਾਈ 2013 ਵਿੱਚ ਉਮਰ ਕੈਦ ਦੀ ਸਜ਼ਾ ਨਿਸ਼ਾਂਤ ਸਿੰਘ ਨੂੰ ਸੁਣਾਈ ਸੀ। ਨਿਸ਼ਾਂਤ ਸਿੰਘ ਨੇ ਇਸ ਸਜ਼ਾ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ। ਹਾਈਕੋਰਟ ਨੇ ਅਗਸਤ 2018 ਵਿੱਚ ਨਿਸ਼ਾਂਤ ਸਿੰਘ ਦੀ ਉਮਰ ਕੈਦ ਨੂੰ ਬਹਾਲ ਰੱਖਦਿਆਂ ਉਸ ਦੀ ਅਪੀਲ ਰੱਦ ਕਰ ਦਿੱਤੀ ਅਤੇ ਇੱਕ ਵੱਖਰੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਨਿਸ਼ਾਂਤ ਸਿੰਘ ਅਤੇ ਉਸ ਦੀ ਮਾਂ ਨੂੰ ਹੁਕਮ ਦਿੱਤੇ ਕਿ ਉਹ ਪੀੜਤ ਲੜਕੀ ਅਤੇ ਉਸ ਦੇ ਮਾਤਾ ਪਿਤਾ ਨੂੰ ਮੁਆਵਜ਼ੇ ਵਜੋਂ 90 ਲੱਖ ਰੁਪਏ ਦੇਵੇ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।